ਪਾਰਤਵਦੇਸ਼ ਇੱਕ ਬਹੁਤ ਮਹਾਨ ਤੇ ਇਨਕ੍ਰੈਡੀਬਲ ਸਟੇਟ ਹੈ। ਇਹਦੀ ਮਹਾਨਤਾ ਦੇ ਬੜੇ ਕisse ਸੁਨੇ ਹੋਣੇ ਆ ਪਰ ਅੱਜ ਇੱਕ ਕਿੱਸਾ ਇਹ ਵੀ ਹੈ ਕਿ ਇੱਥੋਂ ਦੇ ਨੇਤਾ ਲੋਗ, ਇੱਥੋਂ ਦੀਆਂ ਧਾਰਮਿਕ ਜਥੇਬੰਦੀਆਂ ਦੇ ਲੋਕ ਲੋਕਾਂ ਨੂੰ ਦੱਸਦੇ ਨੇ ਕਿ ਤੁਹਾਨੂੰ ਕਿੰਨੇ ਬੱਚੇ ਪੈਦਾ ਕਰਨੇ ਚਾਹੀਦੇ ਆ। ਹਰ ਔਰਤ ਨੂੰ 4 ਬੱਚੇ ਪੈਦਾ ਕਰਨੇ ਚਾਹੀਦੇ, 6 ਕਰਨੇ ਚਾਹੀਦੇ ਆ, ਕਿੰਨੇ ਵੀ ਪੈਦਾ ਕਰੋ। ਇਹੋ ਜਿਹਾ ਫਰਮਾਨ, ਇਹੋ ਜਿਹਾ ਐਲਾਨ جاری ਹੁੰਦੇ ਆ। ਦਸੰਬਰ 2021 6 ਮਹੀਨੇ ਪਹਿਲਾਂ ਇੱਕ ਮੁਸਲਿਮ ਨੇਤਾਵਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਮੁਸਲਮਾਨਸ ਆ ਉਹਨਾਂ ਨੂੰ ਕੋਈ ਬਰਥ ਕੰਟਰੋਲ ਵਰਤਨ ਦੀ ਲੋੜ ਨਹੀਂ ਆ ਵੱਧ ਤੋਂ ਵੱਧ ਬੱਚੇ ਹੋਣ ਵੱਧ ਤੋਂ ਵੱਧ ਵੋਟਾਂ ਹੋਣ ਤਾਂ ਕਿ ਆਪਣਾ ਪ੍ਰਧਾਨ ਮੰਤਰੀ ਬਣ ਸਕੇ ਆਪਾਂ ਇਸ ਚੀਜ਼ ਦੀ ਨਿੰਦਿਆ ਕੀਤੀ April 2022 ਮਤਲਬ ਕਿ ਕੁਝ ਕੁ ਮਹੀਨੇ ਪਹਿਲਾਂ ਹੜਲੀ 2 ਕੁ ਮਹੀਨੇ ਪਹਿਲਾਂ ਭਗਵਾਨ ਰਾਮ ਦੇ ਨਾਮ ਤੇ ਇੱਕ ਉਤਸਵ ਸਜਾਇਆ ਜਾਂਦਾ ਰਾਮ ਉਤਸਵ ਜਿੱਥੇ ਇੱਕ ਪਗਵੇ ਕੱਪੜਿਆਂ ਦੇ ਵਿੱਚ ਸਾਧਵੀ ਸਾਧਵੀ ਬ੍ਰਹਮਚਾਰਨੀ ਇਹ ਕਹਿ ਰਹੀ ਹੈ ਕੀ ਕਿੰਨੇ ਬੱਚੇ Hindu ਔਰਤਾਂ ਨੂੰ ਪੈਦਾ ਕਰਨੇ ਚਾਹੀਦੇ ਆ ਚਾਰ ਬੱਚੇ ਉਹ ਕਹਿੰਦੇ ਪੈਦਾ ਕਰੋ ਉਹਨਾਂ ਦੇ ਵਿੱਚੋਂ ਜਿਹੜੇ ਦੋ ਬੱਚੇ ਆ ਉਹ ਰਾਸ਼ਟਰੀ ਸਵੈਮ ਸੇਵਕ ਸੰਗ RSS ਨੂੰ ਦੇ ਦਿਓ ਤਾਂ ਕਿ Hindu ਰਾਸ਼ਟਰ ਬਣਾਇਆ ਜਾ ਸਕੇ ਆਪਾਂ ਉਹਦੀ ਵੀ ਨਿੰਦਿਆ ਕੀਤੀ ਔਰ ਅੱਜ ਜਦੋਂ ਪੰਜਾਬ ਦੇ ਵਿੱਚ 10 ਮਈ 2022 ਨੂੰ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਹਰ ਸਿੱਖ ਜੋੜੇ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਕਿਉਂਕਿ ਸਿੱਖਾਂ ਦਾ ਨੰਬਰ ਘਟ ਰਿਹਾ ਹੈ 2015 ਦੇ ਵਿੱਚ ਵੀ ਇੱਕ ਜਥੇਦਾਰ ਵੱਲੋਂ ਇਦਾਂ ਦਾ ਬਿਆਨ ਆਇਆ ਸੀ ਔਰ ਉਸ ਟਾਈਮ ਵੀ ਕਾਫੀ ਕ੍ਰਿਟਿਸਿਜ਼ਮ ਔਰ ਇੱਕ ਬਹਿਸ ਸ਼ੁਰੂ ਹੋਈ ਸੀ ਸੋ ਅੱਜ ਅਗਰ ਅਸੀਂ ਉਹਨਾਂ ਦੋਨਾਂ ਸਟੇਟਮੈਂਟਸ ਜੋ ਇੱਕ ਮੁਸਲਿਮ ਸਮੁਦਾਇ ਅਤੇ ਦਨਫਰਦਰ ਹਿੰਦੂ ਸਮੁਦਾਇ ਵੱਲੋਂ ਕੀਤੀ ਗਈ ਸੀ ਉਹਦੀ ਨਿੰਦਿਆ ਕਰਦੇ ਹਾਂ ਤਾਂ ਅੱਜ ਅਸੀਂ ਆਪਣੀ ਇਸ ਸਟੇਟਮੈਂਟ ਦੀ ਵੀ ਨਿੰਦਿਆ ਕਰਦੇ ਹਾਂ ਕਿ ਇਹ ਤਾਂ ਇੱਕ ਐਲਾਨ ਔਰ ਫਰਮਾਨ ਆ ਔਰਤਾਂ ਦੇ ਉੱਤੇ ਜਾਰੀ ਕਰ ਦਿੱਤਾ ਕਿ ਸਿਰਫ ਵੋਟਾਂ ਵਧਾਉਣ ਲਈ ਨੰਬਰ ਵਧਾਉਣ ਦੇ ਲਈ ਬਸ ਬੱਚੇ ਪੈਦਾ ਕਰੀ ਜਾਓ ਜਿਵੇਂ ਕਿ ਇੱਕ ਔਰਤ ਸਿਰਫ ਔਰ ਸਿਰਫ ਬੱਚੇ ਪੈਦਾ ਕਰਨ ਦੀ ਹੀ ਮਸ਼ੀਨ ਹੋਵੇ ਹੋ ਸਕਦਾ ਮੇਰੀ ਇਹ ਸਟੇਟਮੈਂਟ ਤੁਹਾਨੂੰ ਗਲਤ ਲੱਗੇ ਇਹ ਔਰਤਾਂ ਦੇ ਲਈ ਇੱਕ ਕੁਦਰਤ ਦਾ ਗਿਫਟ ਹੈ ਕਿ ਇੱਕ ਨਵੇਂ ਜੀ ਨੂੰ ਜਨਮ ਦਿੰਦੇ ਨੇ ਪਰ ਜਿਹੜਾ ਪਰਿਵਾਰ ਦਾ ਨਿਯੋਜਨ ਆ ਪਰਿਵਾਰ ਕਿੰਨਾ ਹੋਣਾ ਚਾਹੀਦਾ ਵੱਡਾ ਉਹ ਇੱਕ ਜੋੜੇ ਦੀ ਆਪਸੀ ਮਰਜ਼ੀ ਹੈ ਔਰ ਇਹਦੇ ਵਿੱਚ ਖਾਸ ਜਿਹੜਾ ਅਧਿਕਾਰ ਆ ਮੈਂ ਕਹਿੰਨੀ ਕਿ ਔਰਤ ਦਾ ਹੋਣਾ ਚਾਹੀਦਾ ਪਰ ਔਰਤ ਨੂੰ ਇਹ ਹੱਕ ਨਹੀਂ ਮਿਲਦਾ ਕਿ ਉਹ ਡਿਸਾਈਡ ਕਰ ਸਕੇ ਕਿ ਉਹ ਕਿੰਨੇ ਬੱਚੇ ਪੈਦਾ ਕਰੇਗੀ ਇਹ ਉਹਦੇ ਉੱਪਰ ਥੋਪ ਦਿੱਤਾ ਜਾਂਦਾ ਹੈ ਪਰਵਾਰਾਂ ਵੱਲੋਂ ਸਮਾਜ ਵੱਲੋਂ ਔਰ ਹੁਣ ਇਹੋ ਜਿਹੀਆਂ ਜੱਥੇਬੰਦੀਆਂ ਵੱਲੋਂ ਵੀ ਜਿਹੜੀਆਂ ਮਾਈਨੋਰਿਟੀ ਔਰ ਮੇਜੋਰਿਟੀ ਦੀ ਗੇਮ ਦੇ ਵਿੱਚ ਸਿਰਫ ਆਪਣਾ ਨੰਬਰ ਵਧਾਉਣ ਦੇ ਲਈ ਇਹੋ ਜਿਹੇ ਬਿਆਨ ਛੱਡਦੇ ਨੇ ਕਿ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰੋ ਇਸ ਟੌਪਿਕ ਤੇ ਅੱਜ ਦੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿ ਮੈਂ ਤੁਹਾਡੇ ਅੱਗੇ ਕੁਝ ਕਿ ਡਾਟਾ ਰੱਖਣਾ ਚਾਹੁੰਦੀ ਆ ਜਿਹੜਾ ਡਾਟਾ ਦਿਖਾਉਂਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਔਰਤਾਂ ਦੀ ਔਰ ਬੱਚਿਆਂ ਦੀ ਸਥਿਤੀ ਕਿੰਨੀ ਮਾੜੀ ਹੈ ਕਾ ਕਿ ਤੁਹਾਡਾ ਧਿਆਨ ਇਸ ਬੱਚੇ ਪੈਦਾ ਕਰਨ ਵਾਲੇ ਰਿਟੋਰਿਕ ਤੋਂ ਨਿਕਲ ਕੇ ਕੁਆਲਿਟੀ ਆਫ ਲਾਈਫ ਵਾਲਾ ਵੇ ਕਿ ਜਿਹੜੇ ਆਪਾਂ ਜੀ ਰਹੇ ਆ ਉਹਨਾਂ ਦੀ ਜ਼ਿੰਦਗੀ ਦਾ ਸਤਰ ਕੀ ਹੈ ਕਿਸ ਲੈਵਲ ਤੇ ਆਪਣੀ ਜ਼ਿੰਦਗੀ ਦੀ ਕੁਆਲਿਟੀ ਹੈ ਔਰ ਹੋ ਸਕਦਾ ਹੈ ਬੜੇ ਮਾਨਯੋਗ ਸਤਕਾਰਯੋਗ ਸਾਡੇ ਪ੍ਰਧਾਨ ਸਾਹਿਬ ਐਸ.ਜੀ.ਪੀ.ਸੀ ਤੋਂ ਉਹਨਾਂ ਨੂੰ ਵੀ ਇਹ ਡਾਟਾ ਜਿਹੜਾ ਉਹਨਾਂ ਦੇ ਕੰਨੀ ਪਵੇ ਔਰ ਹੋ ਸਕਦਾ ਹੈ ਕਿ ਐਸ.ਜੀ.ਪੀ.ਸੀ ਸਿੱਖਾਂ ਦੇ ਲਈ ਏ ਇੰਪਰੂਵਮੈਂਟ ਆਫ ਲਾਈਫਸਟਾਈਲ ਕਰਨ ਦੀਆਂ ਕੋਸ਼ਿਸ਼ਾਂ ਵਿੰਡੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਜਿਹੜਾ ਹੁਣ ਲੇਟੈਸਟ ਹੋਇਆ ਉਹਦਾ ਡਾਟਾ ਦਿਖਾਉਂਦਾ ਹੈ ਕਿ ਆਪਣੇ ਬੱਚੇ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਹਜੇ ਸਿਰਫ ਸਵਾ ਮਹੀਨੇ ਦੀ ਹੀ ਉਮਰ ਪੂਰੀ ਕਰ ਪਾਉਂਦੇ ਆ ਉਹਨਾਂ ਦੇ 1000 ਬੱਚਿਆਂ ਦੇ ਵਿੱਚੋਂ 21.9 ਬੱਚੇ ਮਤਲਬ ਕਿ ਲਗਭਗ 22 ਬੱਚੇ ਸਵਾ ਮਹੀਨੇ ਦੇ ਵਿੱਚ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ 1000 ਦੇ ਵਿੱਚੋਂ ਉਹ ਸਰਵਾਈਵ ਹੀ ਨਹੀਂ ਕਰ ਪਾਉਂਦੇ ਉਸ ਤੋਂ ਬਾਅਦ ਜਿਹੜੇ ਬੱਚੇ 1 ਸਾਲ ਦੀ ਉਮਰ ਪੂਰੀ ਵੀ ਕਰ ਲੈਂਦੇ ਆ ਉਹਨਾਂ ਦੇ ਵਿੱਚੋਂ ਵੀ 1000 ਦੇ ਵਿੱਚੋਂ 28 ਬੱਚਿਆਂ ਦੀ ਮੌਤ ਹੋ ਜਾਂਦੀ ਆ ਇਨਫੈਂਟ ਮੋਰਟੈਲਿਟੀ ਰੇਟ ਕਹਿੰਦੇ ਆ ਇਹਨੂੰ ਔਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਦੋ 38 ਬੱਚੇ 38 ਤੋਂ ਵੀ ਰਾਦਰ ਵੱਧ ਬੱਚੇ ਇਦਾਂ ਦੇ ਹੁੰਦੇ ਆ 1000 'ਚੋਂ ਜਿਹੜੇ 5 ਸਾਲ ਦੀ ਉਮਰ ਵੀ ਪੂਰੀ ਨਹੀਂ ਕਰ ਪਾਉਂਦੇ ਇਹ ਦਿਖਾਉਂਦਾ ਹੈ ਕਿ ਆਪਣਾ ਜਿਹੜਾ ਹੈਲਥ ਸਿਸਟਮ ਆ ਉਹ ਕਿੰਨਾ ਪੂਅਰ ਹੈ ਇਨਾਂ ਦੇ ਜਿਹੜੇ ਮੌਤ ਦੇ ਕਾਰਨ ਹੁੰਦੇ ਆ ਉਹ ਇਦਾਂ ਦੇ ਕਾਰਨ ਹੁੰਦੇ ਆ ਜਿਹੜੇ ਪ੍ਰੀਵੈਂਟ ਕੀਤੇ ਜਾ ਸਕਦੇ ਸੀ ਜਿਹੜੇ ਰੋਕੇ ਜਾ ਸਕਦੇ ਸੀ ਉਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਸੀ ਬਟ ਵਧੀਆਂ ਸੁਵਿਧਾਵਾਂ ਸੁਵਿਧਾਵਾਂ ਜਿਹੜੀਆਂ ਹੈਲਥ ਕੇਅਰ ਨਾਲ ਰਿਲੇਟਡ ਫੈਸਿਲਿਟੀਆਂ ਆ ਉਹ ਅਵੇਲੇਬਲ ਨਾ ਹੋਣ ਕਰਕੇ ਵੀ ਐਂਟਰਡ ਅਪ ਇਹ ਬੱਚੇ ਜਿਹੜੇ ਆ ਹਜ਼ਾਰ ਦੇ ਵਿੱਚੋਂ 38 ਬੱਚੇ 5 ਸਾਲ ਤੋਂ ਵੀ ਘੱਟ ਉਮਰ ਤੋਂ ਪਹਿਲਾਂ ਹੀ ਮਤ ਹੋ ਜਾਂਦੀ ਆ ਪੂਰੇ ਹੋ ਜਾਂਦੇ ਆ ਇਹ ਸਰਵੇ ਦਿਖਾਉਂਦਾ ਹੈ ਕਿ ਆਪਣੇ ਕੋਲ 16% ਤੋਂ ਵੱਧ ਬੱਚੇ ਇਦਾਂ ਦੇ ਆ ਜਿਹੜੇ ਅੰਡਰ weight ਆ ਜਿਨ੍ਹਾਂ ਨੂੰ ਇਹ ਕਿਸਾਨ ਕਿਸਾਨਾਂ ਦਾ ਸੂਬਾ ਪੰਜਾਬ ਜਿਹੜਾ ਅੰਨਦਾਤਾ ਦਾ ਸੂਬਾ ਪੰਜਾਬ ਆ ਉੱਥੇ ਵੀ ਇਦਾਂ ਦੇ ਬੱਚੇ ਆ 16% ਤੋਂ ਵੱਧ ਜਿਹੜੇ ਅੰਡਰ weight ਆ ਜਿਨ੍ਹਾਂ ਦਾ ਸਰੀਰ ਦਾ ਵਜ਼ਨ ਪੂਰਾ ਨਹੀਂ ਆ ਜਿਨ੍ਹਾਂ ਨੂੰ ਪੋਸ਼ਟਿਕ ਜਿਹੜੀ ਡਾਈਟ ਆ ਉਹ ਨਹੀਂ ਮਿਲਦੀ ਇਸ ਤੋਂ ਇਲਾਵਾ 71% 71% ਤੋਂ ਵੀ ਵੱਧ ਬੱਚੇ ਪੰਜਾਬ ਦੇ ਵਿੱਚ ਐਦਾਂ ਦੇ ਆ ਜਿਹੜੇ ਅਨੀਮੀਆ ਦੇ ਸ਼ਿਕਾਰ ਆ ਜਿਨ੍ਹਾਂ ਦੇ ਵਿੱਚ ਖੂਨ ਦੀ ਕਮੀ ਆ ਜੇਕਰ ਬੱਚਿਆਂ ਦੇ ਵਿੱਚ ਇਸ ਗਰੋਇੰਗ ਡਿਵੈਲਪਿੰਗ ਸਟੇਜ ਦੇ ਵਿੱਚ ਖੂਨ ਦੀ ਕਮੀ ਹੋਏਗੀ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਔਨ ਵਾਲੀ ਟਾਈਮ ਦੇ ਵਿੱਚ ਉਹਨਾਂ ਨੂੰ ਕਿੱਦਾਂ ਦੀਆਂ ਸਿਹਤ ਨਾਲ ਰਿਲੇਟਡ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਬੱਚਿਆਂ ਦੇ ਹਾਲਾਤ ਆ ਆਪਣੇ ਪੰਜਾਬ ਦੇ ਵਿੱਚ ਜਿਹੜੇ ਆਲਰੇਡੀ ਪੈਦਾ ਹੋ ਕੇ ਆਪਣੇ ਕੋਲ ਹੈਗੇ ਆ ਇਸ ਤੋਂ ਇਲਾਵਾ ਅਗਰ ਆਪਾਂ ਸੈਕਸ ਰੇਸ਼ਿਓ ਤੇ ਨਿਗਾਹ ਮਾਰੀਏ ਤਾਂ ਭਾਰਤ ਦੇ ਵਿੱਚ ਤਾਂ ਸੈਕਸ ਰੇਸ਼ਿਓ ਨੂੰ ਆਪਾਂ ਇੱਥੇ ਸਾਈਡ ਤੇ ਰੱਖ ਦਿੰਦੇ ਆ ਆਪਾਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਅਗਰ ਹਜ਼ਾਰ ਮੁੰਡੇ ਆ ਤਾਂ ਹਜ਼ਾਰ ਮੁੰਡਿਆਂ ਦੇ ਪਿੱਛੇ ਪਿੰਡੂ ਏਰੀਆ ਦੇ ਵਿੱਚ ਸਿਰਫ 918 ਕੁੜੀਆਂ ਨੇ ਔਰ ਸ਼ਹਿਰੀ ਏਰੀਆ ਦੇ ਵਿੱਚ ਸਿਰਫ 950 ਕੁੜੀਆਂ ਨੇ ਸੋ ਅੱਥੇ ਵੀ ਲਗਭਗ 75 ਦੇ ਕਰੀਬ ਇਦਾਂ ਦੇ ਮੁੰਡੇ ਆ ਜਿਨ੍ਹਾਂ ਦੇ ਨਾਲ ਜਿਹੜਾ ਸੈਕਸ ਰੇਸ਼ਿਓ ਆ ਹਜੇ ਅੱਥੇ ਤੱਕ ਇੱਕ ਗੈਪ ਹੈ ਮੁੰਡੇ ਔਰ ਕੁੜੀਆਂ ਦੇ ਨੰਬਰ ਦੇ ਵਿੱਚ ਕੀ ਐਸਜੀਪੀਸੀ ਵਰਗੀਆਂ ਸੰਸਥਾਵਾਂ ਦਾ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਜਾਂਦਾ ਇਹ ਗੱਲ ਕਹਿਣੀ ਤਾਂ ਬਹੁਤ ਸੌਖੀ ਹੈ ਕਿ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਆ ਪਰ ਪੰਜਾਬ ਦੇ ਜਿਹੜਾ ਇਹ ਸਰਵੇ ਹੋਇਆ ਦਿਖਾਉਂਦਾ ਆ ਕਿ 69% ਔਰਤਾਂ ਹੀ ਆਪਣਾ ਚੈੱਕਅਪ ਕਰਾਉਣ ਹਸਪੀਟਲ ਦੇ ਵਿੱਚ ਜਾਂਦੀਆਂ ਜਦੋਂ ਉਹਨਾਂ ਦੀ ਪਹਿਲੇ 3 ਮਹੀਨਿਆਂ ਦੀ ਪ੍ਰੈਗਨੈਂਸੀ ਹੁੰਦੀ ਹੈ ਸੋ ਇੱਥੇ ਗੈਪ ਕਿੰਨਾ ਹੈ ਦੇਖੋ 32% ਇਦਾਂ ਦੀਆਂ ਔਰਤਾਂ ਨੇ ਜਿਹੜੀਆਂ ਅਪ ਪ੍ਰੈਗਨੈਂਟ ਹੋਣ ਤੋਂ ਬਾਅਦ ਵੀ ਆਪਣੇ ਸ਼ੁਰੂਆਤ ਵਾਲੇ 3 ਮਹੀਨਿਆਂ 'ਚ ਹਸਪੀਟਲ ਜਾ ਕੇ ਚੈੱਕਅਪ ਨਹੀਂ ਕਰਾਉਂਦੀਆਂ ਜਿਸ ਚੈੱਕਅਪ ਦੇ ਵਿੱਚ ਪਤਾ ਲੱਗਦਾ ਕਿ ਅਨੀਮੀਆ ਤਾਂ ਅਨੀਮੀਆ ਦੀ ਦਵਾਈ ਖਵਾਈ ਜਾਂਦੀ ਹੈ ਹੋਰ ਫੋਲਿਕ ਐਸਿਡ ਆਇਰਨ ਵਰਗੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਪਲੱਸ ਨਾਲ ਅਲਟਰਾਸਾਉਂਡ ਕੀਤਾ ਜਾਂਦਾ ਦੇਖਣ ਦੇ ਲਈ ਕੀ ਕੀ ਬੱਚੇ ਦੀ ਧੜਕਣ ਬਣੀ ਆ ਕੀ ਬੱਚੇ ਦੇ ਵਿੱਚ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਕੀ ਜਿਹੜੀ ਔਰਤ ਆ ਉਹ ਗਰੋ ਕਰ ਰਹੀ ਉਹਦਾ weight ਗਰੋ ਹੋ ਰਿਹਾ ਜਾਂ ਉਹਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਤਾਂ ਨਹੀਂ ਆ ਰਹੀ ਸੋ ਪਹਿਲੇ 3 ਮਹੀਨਿਆਂ ਦੇ ਵਿੱਚ ਆਪਣੀਆਂ 32% ਔਰਤਾਂ ਇਦਾਂ ਦੀਆਂ ਨੇ ਪੰਜਾਬ ਦੀਆਂ ਜਿਹੜੀਆਂ ਹਸਪੀਟਲ ਜਾ ਕੇ ਚੈੱਕ ਅਪ ਨਹੀਂ ਕਰਵਾਉਂਦੀਆਂ ਇਹ ਸਰਵੇ ਆਪਾਂ ਨੂੰ ਅੱਗੇ ਇਹ ਵੀ ਦਿਖਾਉਂਦਾ ਹੈ ਕਿ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਬੱਚਾ ਹੋਣ ਵਾਲਾ ਉਹਨਾਂ ਦੇ ਵਿੱਚੋਂ 52% ਦੇ ਲਗਭਗ ਔਰਤਾਂ ਐਦਾਂ ਦੀਆਂ ਨੇ ਅੱਧੇ ਤੋਂ ਵੱਧ ਔਰਤਾਂ ਐਦਾਂ ਦੀਆਂ ਨੇ ਜਿਨ੍ਹਾਂ ਵਿੱਚ ਖੂਨ ਦੀ ਕਮੀ ਹੈ ਇੱਕ ਬਹੁਤ ਵੱਡਾ ਨੁਕਸਾਨ ਹੈ ਪ੍ਰੈਗਨੈਂਸੀ ਦੇ ਵਿੱਚ ਖੂਨ ਦੀ ਕਮੀ ਹੋਣਾ ਔਰ ਓਵਰ ਆਲ ਅਗਰ ਆਪਾਂ ਪੰਜਾਬ ਨੂੰ ਦੇਖੀਏ ਤਾਂ ਪੰਜਾਬ ਦੀਆਂ ਔਰਤਾਂ ਦੇ ਵਿੱਚ 59% ਜਾਂ ਲਗਭਗ ਆਪਾਂ ਕਹਿ ਲਈਏ 60% ਔਰਤਾਂ ਇਦਾਂ ਦੀਆਂ ਨੇ ਜਿਨ੍ਹਾਂ ਚ ਖੂਨ ਦੀ ਕਮੀ ਐ ਕੀ ਆਪਣੀਆਂ ਜਥੇਬੰਦੀਆਂ ਨੂੰ ਆਪਣੀਆਂ ਸਰਕਾਰਾਂ ਨੂੰ ਇਹ ਫਿਗਰਸ ਨਹੀਂ ਦਿਖਦੀਆਂ ਇਹ ਡਾਟਾ ਨਹੀਂ ਦਿਖਦਾ ਕਿ ਜਿਨ੍ਹਾਂ ਔਰਤਾਂ ਤੋਂ ਤੁਸੀਂ ਉਮੀਦ ਕਰ ਰਹੇ ਹੋ ਕਿ ਚਾਰ-ਚਾਰ ਬੱਚੇ ਪੈਦਾ ਕਰਨ ਔਰ ਪਤਾ ਨਹੀਂ ਕਿੱਥੋਂ ਤੱਕ ਇਸ ਵੋਟਾਂ ਦੀ ਗਿਣਤੀ ਨੂੰ ਵਧਾ ਦੇਣ ਉਨ੍ਹਾਂ ਦੇ ਵਿੱਚ 60% ਤਾਂ ਉਹਨੇ ਜਿਨ੍ਹਾਂ ਚ ਖੂਨ ਦੀ ਕਮੀ ਆ ਔਰ ਜਿਹੜਿਆਂ ਦੇ ਬੱਚੇ ਹੋਣ ਵਾਲੇ ਆ ਉਹਨਾਂ ਦੇ ਵਿੱਚੋਂ 52% ਔਰਤਾਂ ਖੂਨ ਦੀ ਕਮੀ ਦੇ ਨਾਲ ਪੀੜਤ ਹੈ ਔਰ ਬੱਚਿਆਂ ਦੀ ਡੈਥ ਰੇਟ ਜਿਹੜਾ ਉਹ ਤੋਂ ਮੈਂ ਦੱਸ ਹੀ ਚੁੱਕਿਆ ਕਿ ਵਧੀਆ ਸਹੂਲਤਾਂ ਮਾ ਜਿਹੜੀਆਂ ਹੈਲਥ ਫੈਸਿਲਿਟੀਆਂ ਉਹ ਨਾ ਹੋਣ ਕਰਕੇ ਇਹ ਸਾਰਾ ਜਿਹੜਾ ਬੱਚੇ ਆ ਆਪਣੇ ਜਿਹੜੇ ਪੈਦਾ ਹੋ ਜਾਂਦੇ ਆ ਆਪਾਂ ਉਹਨਾਂ ਨੂੰ ਬਚਾ ਨਹੀਂ ਪਾਉਂਦੇ ਆ ਆਪਾਂ ਸਮਰਥਿਆ ਹਜ਼ਾਰ ਦੇ ਵਿੱਚੋਂ ਜਿਹੜੇ ਆਪਣੇ 38-39 ਬੱਚੇ ਇਦਾਂ ਦੇ ਹੁੰਦੇ ਆ ਜਿਹੜੇ 5 ਸਾਲ ਦੀ ਉਮਰ ਵੀ ਪੂਰੀ ਨਹੀਂ ਕਰ ਪਾਉਂਦੇ ਆਪਾਂ ਸਭ ਜਾਣਦੇ ਆਂ ਕਿ ਭਾਰਤ ਦੀ ਆਬਾਦੀ ਬਹੁਤ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਰਹੇ ਆਂ ਐਸੇ ਲਿਖਦੇ ਰਹੇ ਆਂ ਬਹੁਤ ਵੱਡੇ ਵੱਡੇ ਲੇਖ ਲਿਖਦੇ ਰਹੇ ਆਂ ਆਬਾਦੀ ਵਿਸਫੋਟ ਦੇ ਉੱਤੇ ਆਪਣੀ ਭਾਰਤ ਦੀ ਆਜ਼ਾਦੀ ਇੱਕ ਵਾਰੀ ਉਸ ਲੈਵਲ ਤੇ ਪਹੁੰਚ ਗਈ ਸੀ ਜਿੱਥੇ ਪ੍ਰੋਪਰ ਇਟ ਵਾਸ ਅ ਪੋਪੂਲੇਸ਼ਨ ਐਕਸਪਲੋਜ਼ਨ ਪਰ ਇਹ ਹੁਣ ਬਹੁਤ ਕੰਟਰੋਲਡ ਹੈ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1.5% ਟੋਟਲ ਫਰਟੀਲਿਟੀ ਰੇਟ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਔਰਤ ਆਪਣੇ ਜੀਵਨ ਕਾਲ ਦੇ ਵਿੱਚ ਕਿੰਨੇ ਬੱਚੇ ਪੈਦਾ ਕਰਦੀ ਹੈ ਉਹ ਗਿਣਤੀ ਕੀਤੀ ਜਾਂਦੀ ਹੈ ਤਾਂ ਆਪਣੇ ਪੰਜਾਬ 'ਚ ਡੇਢ ਬੱਚਾ ਡੇਢ ਦਾ ਭਾਵੇਂ ਹੋ ਗਿਆ ਕਿ ਕਿਉਂਕਿ ਐਵਰੇਜ ਕੱਢੀ ਜਾਂਦੀ ਹੈ ਨਾ ਇਸ ਕਰਕੇ ਨੰਬਰਸ ਚ ਐਵੇਂ ਆਉਂਦਾ ਕਿ ਜਿਹੜੀਆਂ ਦੋ ਔਰਤਾਂ ਅਗਰ ਆਪਾਂ ਲਈਏ ਤਾਂ ਉਹ ਤਿੰਨ ਬੱਚੇ ਆਪਣੇ ਜੀਵਨ ਕਾਲ ਚ ਪੈਦਾ ਕਰਦਿਆਂ ਨੇ ਸੋ ਇਹ ਨੰਬਰ ਜਿਹੜਾ ਹੈ ਕਾਫੀ ਘਟਾ ਰਾਦਰ ਇਹ ਕਾਫੀ ਇੱਕ ਕੰਟਰੋਲਡ ਲੈਵਲ ਤੇ ਆ ਚੁੱਕਾ ਹੈ ਇਸ ਨੂੰ ਕੰਟਰੋਲ ਕਰਨ ਦੇ ਲਈ ਆਪਣੀ ਭਾਰਤ ਸਰਕਾਰ ਨੇ ਪਹਿਲਾਂ ਬਹੁਤ ਕੋਸ਼ਿਸ਼ਾਂ ਕਈ ਸਾਲਾਂ ਤੋਂ ਕੀਤੀਆਂ ਐਮਰਜੈਂਸੀ ਦੇ ਦੌਰਾਨ ਜਿਹੜੀਆਂ ਤਕੇਸ਼ਾਈਆਂ ਹੋਈਆਂ ਲੋਕਾਂ ਦੇ ਨਾਲ ਸਟਰਲਾਈਜੇਸ਼ਨ ਲਈ ਉਹਦੀਆਂ ਵੀ ਬਹੁਤ ਐਗਜ਼ਾਮਪਲਸ ਆਪਣੇ ਕੋਲ ਮੌਜੂਦ ਆ ਪਰ ਅਸਲ ਦੀ ਗੱਲ ਇਹ ਹੈ ਕਿ ਇਹ ਜਿਹੜਾ ਆਬਾਦੀ ਦਾ ਕੰਟਰੋਲ ਆ ਇਹ ਸਰਕਾਰਾਂ ਕਰਕੇ ਨਹੀਂ ਹੋਇਆ ਇਹ ਸਰਕਾਰ ਦੀਆਂ ਪਾਲਿਸੀਆਂ ਕਰਕੇ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਦੀਆਂ ਪਾਲਿਸੀ ਸੀ ਸੀ ਪਾਲਿਸੀ ਸੀਗੀਆਂ ਕਿ ਹਮ ਦੋ ਹਮਾਰੇ ਦੋ ਜਾਂ ਜਿਨ੍ਹਾਂ ਦੇ ਦੋ ਬੱਚੇ ਆ ਉਸ ਤੋਂ ਬਾਅਦ ਸਟਰਲਾਈਜੇਸ਼ਨ ਕਰਾ ਦਾਂਗੇ ਤਾਂ ਉਹਨਾਂ ਨੂੰ ਪੈਸੇ ਦਵਾਂਗੇ ਘੋੜ ਦਵਾਂਗੇ ਜਾਂ ਹੋਰ ਚੀਜ਼ਾਂ ਦਵਾਂਗੇ ਐਦਾਂ ਦੇ ਲਾਲਚਾ ਕਰਕੇ ਨਹੀਂ ਹੋਈਆਂ ਇਹ ਇਸ ਕਰਕੇ ਹੋਇਆ ਕਿਉਂਕਿ ਪੜ੍ਹਾਈ ਵਧ ਗਈ ਐਜੂਕੇਸ਼ਨ ਵਧ ਗਈ ਐਜੂਕੇਸ਼ਨ ਦਾ ਸਤਰ ਵਧਣ ਦੇ ਨਾਲ ਲਿਟਰੇਸੀ ਵਧਣ ਦੇ ਨਾਲ ਲੋਕਾਂ ਦੇ ਵਿੱਚ ਲੋਕ ਸਮਝਦਾਰ ਹੋ ਗਏ ਨਾਲ ਹੀ ਜਿਹੜੀ ਮਹਿੰਗਾਈ ਦਰ ਬਹੁਤ ਜ਼ਿਆਦਾ ਵਧੀ ਜਿੰਨੀ ਮਹਿੰਗਾਈ ਵਧੀ ਉਨਾ ਹੀ ਪਰਿਵਾਰਾਂ ਨੂੰ ਪਾਲਣ ਪੋਸ਼ਣ ਕਰਨਾ ਬੱਚਿਆਂ ਦਾ ਔਖਾ ਹੋ ਗਿਆ ਪਹਿਲਾਂ ਅਕਸਰ ਆਪਾਂ ਸੁਣਦੇ ਸੀ ਲੋਕ ਕਹਿੰਦੇ ਸੀ ਵੀ ਕੋਈ ਸਕੂਲ ਜਾਂਦਾ ਸੀ ਨਹੀਂ ਜਾਂਦਾ ਸੀ ਫਰਕ ਨਹੀਂ ਸੀ ਪੈਂਦਾ ਅੱਜ ਦੇ ਸਮੇਂ ਦੇ ਵਿੱਚ ਕਿਸੇ ਦਾ ਬੱਚਾ ਹੋਵੇ ਔਰ ਉਹ ਸਕੂਲ ਨਾ ਜਾਂਦਾ ਹੋਵੇ ਇਹ ਹੋ ਹੀ ਨਹੀਂ ਸਕਦਾ ਆਪਾਂ ਇੱਕ ਬੱਚੇ ਤੇ ਥੋਪਿਆ ਹੋਇਆ ਕਿ ਉਹਨੇ ਸਕੂਲ ਜਾਣਾ ਹੀ ਜਾਣਾ ਆ ਸੋ ਅਗਰ ਕੋਈ ਮਾਂ-ਬਾਪ ਆਪਣੇ ਬੱਚੇ ਨੂੰ ਸਕੂਲ ਭੇਜਣ 'ਚ ਅਸਮਰਥ ਹੋਵੇ ਆਪਾਂ ਜਾਣਦੇ ਆ ਫ੍ਰੀ ਵਾਲੀ ਪੜ੍ਹਾਈ ਦੇ ਉੱਤੇ ਬੜਾ ਭਰੋਸਾ ਲੋਕਾਂ ਦਾ ਨਹੀਂ ਹੈ ਅਲਟੀਮੇਟਲੀ ਪ੍ਰਾਈਵੇਟ ਸਕੂਲ ਜਿੱਥੇ ਬਹੁਤ ਐਕਸਪੈਂਸਿਵ ਐਜੂਕੇਸ਼ਨ ਆ ਉੱਥੇ ਭੇਜਣਾ ਪੈਂਦਾ ਸੋ ਅਗਰ ਕੋਈ ਮਾਂ-ਬਾਪ ਇੰਨੇ ਬੱਚੇ ਪੈਦਾ ਕਰ ਲੈਣ ਤਾਂ ਉਹਨਾਂ ਤੋਂ ਬੱਚਿਆਂ ਨੂੰ ਪੜਾਇਆ ਨਾ ਜਾਵੇ ਤਾਂ ਉਹ ਸਾਰੀ ਜ਼ਿੰਦਗੀ ਗਿਲਟ ਦੇ ਵਿੱਚ ਰਹਿੰਦੇ ਆ ਸੋ ਉਹ ਗਿਲਟ ਨਹੀਂ ਸਾਂਭਣਾ ਚਾਹੁੰਦੇ ਔਰ بڑے ਲਿਖੇ ਹੋਣ ਕਰਕੇ ਇੱਕ ਪਰਿਵਾਰ ਨਿਯੋਜਨ ਇੱਕ ਕੰਟਰੋਲ ਕਰਦੇ ਆ ਕਿ ਸਿਰਫ ਦੋ ਬੱਚੇ ਜਾਂ ਇੱਕ ਬੱਚਾ ਜਾਂ ਦੋ ਤੋਂ ਵੱਧ ਬੱਚੇ ਤਾਂ ਬਹੁਤ ਘੱਟ ਹੈਗੇ ਆ ਇਸ ਟਾਈਮ ਇਹ ਡਾਟਾ ਵੀ ਦਿਖਾਉਂਦਾ ਹੈ ਇਹੀ ਨੈਸ਼ਨਲ ਫੈਮਿਲੀ ਹੈਲਥ ਸਰਵੇਖਣ ਦਿਖਾਉਂਦਾ ਹੈ ਕਿ ਜਿਹੜੀਆਂ ਕੁੜੀਆਂ 12 ਤੋਂ ਵੱਧ ਪੜੀਆਂ ਹੁੰਦੀਆਂ ਨੇ ਮਤਲਬ 12ਵੀਂ ਕਲਾਸ ਤੋਂ ਵੱਧ ਪੜੀਆਂ ਨੇ ਉਹ ਬਹੁਤ ਘੱਟ ਬੱਚੇ ਪੈਦਾ ਕਰਦੀਆਂ ਨੇ ਕੰਪੈਰੀਟਿਵਲੀ ਟੂ ਉਹ ਕੁੜੀਆਂ ਜਿਹੜੀਆਂ 12ਵੀਂ ਕਲਾਸ ਤੋਂ ਘੱਟ ਪੜੀਆਂ ਹੁੰਦੀਆਂ ਨੇ ਸੋ ਇੱਕ ਇਹ ਵੀ ਕਾਰਨ ਹੈ ਕਿ ਜਿੰਨੀ ਪੜ੍ਹਾਈ ਵਧੀਆ ਪੜ੍ਹਾਈ ਦਾ ਵਿਸਥਾਰ ਐ ਐਜੂਕੇਸ਼ਨ ਦਾ ਵਿਸਥਾਰ ਹੋਇਆ ਉਹਨਾਂ ਲੋਕਾਂ ਦਾ ਲਾਈਫਸਟਾਈਲ ਉੱਪਰ ਆਇਆ ਆਪਣੇ ਪੰਜਾਬ 'ਚ ਇਹ ਹਰਗਿਜ਼ ਨਹੀਂ ਹੈਗਾ ਕਿ ਔਰਤਾਂ ਬਹੁਤ ਕੰਮਕਾਜੀ ਔਰਤਾਂ ਹੋ ਗਈਆਂ ਇਸ ਕਰਕੇ ਉਹਨਾਂ ਕੋ ਬੱਚੇ ਪੈਦਾ ਕਰਨ ਦਾ ਟਾਈਮ ਨਹੀਂ ਹੈ ਅੱਜ ਵੀ ਆਪਣੀਆਂ ਘਰੇਲੂ ਔਰਤਾਂ ਜਿਹੜੀਆਂ ਆ ਉਹ ਘਰੇ ਹੀ ਬੈਠੀਆਂ ਨੇ ਚਾਹੀ ਉਹਨਾਂ 'ਚ ਕਿੰਨਾ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ ਤਜਰਬਾ ਹੈ ਜਾਂ ਉਹਨਾਂ ਦੇ ਕੋਲ ਇੱਕ ਉਹਨਾਂ ਦੇ ਕੋਲ ਇੱਕ ਕਲਾ ਹੈਗੀ ਹੈ ਜਿਹੜੀ ਕਲਾ ਉਹ ਵਰਤ ਸਕਦੀਆਂ ਕੰਮ ਕਰਕੇ ਪੈਸਾ ਕਮਾ ਸਕਦੀਆਂ ਪਰ ਬਾਵਜੂਦ ਉਸਤੇ ਵੀ ਔਰਤਾਂ ਜਿਹੜੀਆਂ ਅਕਸਰ ਤੁਸੀਂ ਆਪਣੇ ਅਰਾਊਂਡ ਦੇਖਦੇ ਹੋ ਘਰੇਲੂ ਔਰਤਾ ਬਣ ਕੇ ਹੀ ਰਹਿ ਜਾਂਦੀਆਂ ਜਾਂ ਇੱਕ ਮਾਂ ਦਾ ਹੀ ਰੋਲ ਨਿਭਾਉਂਦੀਆਂ ਨੇ ਕਿਉਂਕਿ ਬੱਚੇ ਪੈਦਾ ਕਰਨ ਤੋਂ ਬਾਅਦ ਬੱਚੇ ਨੂੰ ਸੰਭਾਲਣਾ ਵੀ ਇੱਕ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਔਰਤ ਦਾ ਕੈਰੀਅਰ ਖਤਮ ਹੋ ਜਾਂਦਾ ਹੈ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਜਿਹੜੀਆਂ ਔਰਤਾਂ ਪ੍ਰਾਈਵੇਟ ਨੌਕਰੀ ਕਰਦੀਆਂ ਨੇ ਉਹ ਜਦੋਂ ਮੈਟਰਨਿਟੀ ਲੀਵ ਲੈ ਲੈਂਦੀਆਂ ਪਹਿਲੀ ਗੱਲ ਤਾਂ ਜਦੋਂ ਉਹਨਾਂ ਦਾ ਵਿਆਹ ਹੀ ਹੋ ਜਾਂਦਾ ਉਸ ਤੋਂ ਬਾਅਦ ਹੀ ਨੌਕਰੀ ਕਰਨਾ ਬੰਦ ਕਰ ਦਿੰਦੀਆਂ ਨੇ ਬਹੁਤ ਘੱਟ ਸਿਰਫ 20% ਔਰਤਾਂ ਨੇ ਜਿਹੜੀਆਂ ਮੈਟਰਨਿਟੀ ਲੀਵ ਤੋਂ ਬਾਅਦ ਵਾਪਿਸ ਆਪਣਾ ਕੰਮ ਪ੍ਰਾਈਵੇਟ ਸੈਕਟਰ ਚ ਜੁਆਇਨ ਕਰਦੀਆਂ ਨੇ ਨਹੀਂ ਤਾਂ ਬੱਚਾ ਹੋਣ ਤੋਂ ਬਾਅਦ ਉਹ ਘਰੇ ਹੀ ਬੌਂਡ ਹੋ ਕੇ ਆਪਣੇ ਬੱਚੇ ਦਾ ਪਰਿਵਾਰ ਦੀ ਪਰਵਰਿਸ਼ ਕਰਨ ਦੇ ਵਿੱਚ ਹੀ ਬਿਜ਼ੀ ਹੋ ਜਾਂਦੀਆਂ ਨੇ ਸਿਰਫ ਔਰ ਸਿਰਫ ਸਰਕਾਰੀ ਨੌਕਰੀਆਂ ਚ ਆਪਾਂ ਦੇਖਦੇ ਆ ਕਿ ਉੱਥੇ ਔਰਤਾਂ ਜਿਹੜੀਆਂ ਉਹ ਵਾਪਿਸ ਕੰਮਾਂ ਤੇ ਆ ਜਾਂਦੀਆਂ ਕਿਉਂਕਿ ਸਰਕਾਰੀ ਸਿਸਟਮ ਦੇ ਵਿੱਚ ਬੜੀ ਰੋਕ ਟੋਕ ਜਾਂ ਕੰਮ ਦਾ ਪ੍ਰੈਸ਼ਰ ਔਰਤਾਂ ਤੇ ਨਹੀਂ ਹੁੰਦਾ ਔਰ ਪੈਸਾ ਵੀ ਐਲਟੀਮੇਟਲੀ ਐਂਡ ਫੈਸਿਲਿਟੀਆਂ ਵੀ ਸਰਕਾਰੀ ਸੈਕਟਰ ਚ ਜ਼ਿਆਦਾ ਹੁੰਦੀਆਂ ਨੇ ਸੋ ਇਹ ਸਾਰੇ ਦਾ ਸਾਰਾ ਜਿਹੜਾ ਬੋਝ ਹੈ ਜਦੋਂ ਸਰਕਾਰਾਂ ਇਹ ਐਲਾਨ ਕਰ ਦਿੰਦੀਆਂ ਨੇ ਕਿ ਐਨੇ ਬੱਚੇ ਪੈਦਾ ਕਰੋ ਐਨੇ ਨਹੀਂ ਕਰੋ ਘੱਟ ਕਰੋ ਵੱਧ ਕਰੋ ਔਰ ਜਾਂ ਜਥੇਬੰਦੀਆਂ ਐਲਾਨ ਕਰ ਦਿੰਦੀਆਂ ਨੇ ਇਹਦਾ ਬੋਝ ਅਲਟੀਮੇਟਲੀ ਸਾਰੇ ਦਾ ਸਾਰਾ ਆ ਕੇ ਔਰਤਾਂ ਤੇ ਹੀ ਪੈਂਦਾ ਹੈ ਔਰਤਾਂ ਦੇ ਉੱਤੇ ਹੀ ਬਰਥ ਕੰਟਰੋਲ ਔਰ ਅਗਰ ਬੱਚੇ ਹੈਗੇ ਤਾਂ ਬੱਚੇ ਸਾਂਭਣ ਦਾ ਹਰ ਇੱਕ ਜ਼ਿੰਮੇਵਾਰੀ ਦਾ ਬੋਝ ਔਰਤਾਂ ਦੇ ਉੱਤੇ ਆ ਸੋ ਕਿੰਨਾ ਪਰਿਵਾਰ ਵੱਡਾ ਹੋਏਗਾ ਕਿੰਨਾ ਪਰਿਵਾਰ ਛੋਟਾ ਹੋਏਗਾ ਇਹ ਇੱਕ ਕਪਲ ਦਾ ਇੱਕ ਫੈਮਿਲੀ ਦਾ ਟੋਟਲੀ ਡਿਸੀਜਨ ਹੈ ਔਰ ਖਾਸ ਤੌਰ ਤੇ ਫੈਮਿਲੀ ਦੇ ਵਿੱਚ ਇੱਕ ਔਰਤ ਦਾ ਡਿਸੀਜਨ ਹੈ ਇਹ ਜਿਹੜਾ ਡਿਸੀਜਨ ਹੈ ਜੱਥੇਬੰਦੀਆਂ ਲੈਣ ਜਾਂ ਇਹ ਸਰਕਾਰਾਂ ਲੈਣ ਤਾਂ ਤੁਸੀਂ ਇਹ ਨਾ ਸੋਚ ਲਿਓ ਕਿ ਅਗਰ ਤੁਸੀਂ 4 ਬੱਚੇ ਪੈਦਾ ਕਰਨੇ ਆ ਤਾਂ ਇੱਕ ਦਾ ਖਰਚਾ ਤੁਸੀਂ ਕਰੋਗੇ ਔਰ ਜਿਹੜਾ 3 ਨੇ ਉਹਦਾ ਖਰਚਾ ਐਸਟੀਪੀਸੀ ਕਰੇਗੀ ਇਹ ਹਰ ਗੀਜ਼ ਨਹੀਂ ਆ। ਇਸ ਵੀਡੀਓ ਨੂੰ ਐਂਡ ਕਰਨ ਲਈ ਮੈਂ ਇਹੀ ਕਹੂੰਗੀ ਕਿ ਕਿਸੇ ਪਰਿਵਾਰ ਦੇ ਵਿੱਚ ਕਿੰਨੇ ਬੱਚੇ ਹੋਣਗੇ ਉਹ ਹਸਬੰਡ ਔਰ ਵਾਈਫ ਦਾ ਡਿਸੀਜਨ ਹੈ। ਖਾਸ ਤੌਰ ਤੇ ਉਸ ਔਰਤ ਦਾ ਡਿਸੀਜਨ ਹੈ ਜਿਨੇ ਬੱਚੇ ਪੈਦਾ ਕਰਨ ਤੋਂ ਬਾਅਦ ਪਾਲਣੇ ਵੀ ਨੇ। ਉਹ ਆਪਣੀ ਆਰਥਿਕਤਾ ਆਪਣੇ ਜੋ ਵੀ ਉਹਨਾਂ ਦੇ ਦਾਇਰੇ ਆਪਣੀ ਸੋਚ ਔਰ ਆਪਣੇ ਕੈਰੀਅਰ ਦੇ ਮੁਤਾਬਿਕ ਲਈ ਉਹ ਚੂਜ਼ ਕਰਨ ਕਿਉਂਕਿ ਅਲਟੀਮੇਟਲੀ ਬੱਚੇ ਪੈਦਾ ਕਰਕੇ ਪਾਲਣੇ ਵੀ ਹੁੰਦੇ ਆ। ਗੁਰਦੁਆਰੇ ਨਹੀਂ ਸ਼ਟ ਆਉਂਦੇ। ਉਹ ਟ੍ਰੈਂਡ ਨਹੀਂ ਹੈਗਾ ਬੱਚਿਆਂ ਨੂੰ ਬੈਟਰ ਐਜੂਕੇਸ਼ਨ ਬੈਟਰ ਹੈਲਥ ਸਰਵਿਸਿਜ਼ ਐਂਡ ਬੈਟਰ ਕੈਰੀਅਰ ਅੱਗੇ ਦੇਣਾ ਵੀ ਮਾਪੇ ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਭਾਰਤ ਦੀਆਂ ਜਾਂ ਪੰਜਾਬ ਦੀ ਸਰਕਾਰ ਹੈ ਉਹਦੇ ਵੱਲੋਂ ਐਦਾਂ ਦੀ ਕੋਈ ਸਕੀਮਸ ਨਹੀਂ ਹੈ ਕਿ ਪ੍ਰੈਗਨੈਂਟ ਔਰਤਾਂ ਬੱਚਾ ਹੋ ਗਿਆ ਤਾਂ ਉਸ ਘਰ ਬੈਠੀ ਔਰਤ ਨੂੰ ਵੀ 2000 ਡਾਲਰ 1000 ਡਾਲਰ 1500 ਡਾਲਰ 1000 ਰੁਪਈਆ 2005 10000 ਰੁਪਈਆ ਉਹਨੂੰ ਘਰ ਬੈਠੀ ਨੂੰ ਮਿਲਦਾ ਰਹੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਦੀ ਰਹੇ ਔਰ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੀ ਰਹੇ ਸੋ ਅਲਟੀਮੇਟਲੀ ਥੈਂਕ ਯੂ ਸੋ ਮੱਚ ਫॉर ਵਾਚਿੰਗ ਕੋਈ ਚੀਜ਼ ਆਫੈਂਡ ਕਰਦੀ ਹੋਵੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਂ ਉਹ ਮੇਰੀ ਇੰਟention ਹਰਗिज ਵੀ ਨਹੀਂ ਹੈ ਥੈਂਕ ਯੂ ਸੋ ਮੱਚ ਫॉर ਵਾਚਿੰਗ